ਮੈਂ ਕਰਮਜੀਤ ਕੌਰ ਚਹਿਲ ਚਹਿਲ ਕਲੈਕਸ਼ਨ ਮਾਨਸਾ, ਮੇਰੇ ਵੱਲੋਂ ਸਾਰੇ ਹੀ ਯੂਟਿਊਬ ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸ਼ੋਪ ਦਾ ਐਡਰੈਸ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਮੈਂ ਅੱਜ ਵੀ ਦੱਸਣ ਲੱਗੀ ਹਾਂ। ਇਹ ਬੱਸ ਸਟੈਂਡ ਦੇ ਬਿਲਕੁਲ ਕੋਲ ਹੈ, ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ, ਤੇ ਬੱਸ ਅੱਡੇ ਦੀ ਉਧਰਲੇ ਪਾਸੇ ਛੋਟੀ ਕੰਧ ਹੈ, ਉਹ ਛੋਟੀ ਕੰਧ ਦੇ ਨਾਲ ਨਾਲ ਗਲੀ ਹੈ, ਉਹ ਗਲੀ ਦੇ ਵਿੱਚ ਤੁਸੀਂ ਇੱਕ ਜਾਂ ਅੱਧਾ ਮਿੰਟ ਹੀ ਚੱਲਣਾ ਹੈ ਤੇ ਆਪਣੀ ਸ਼ੋਪ ਆ ਜਾਂਦੀ ਹੈ। ਉੱਪਰ ਚਹਿਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈਗਾ। ਜਦੋਂ ਤੁਸੀਂ ਅੱਡੇ ਕੋਲ ਜੋ ਛੋਟੇ ਬਾਰ ਨੇ ਉਧਰੋਂ ਨਿਕਲਦੇ ਹੋ, ਇੱਧਰਲੀ ਗਲੀ 'ਚ ਆ ਕੇ ਖੜੇ ਹੁੰਦੇ ਹੋ, ਉੱਥੇ ਮਤਲਬ ਤੁਹਾਨੂੰ ਪਾਣੀ ਦਾ ਕੈਂਪਰ ਬਾਹਰ ਸਟੈਂਡ ਤੇ ਰੱਖਿਆ ਹੋਇਆ ਦਿਸ ਪੈਂਦਾ ਪਿੱਛੋਂ ਹੀ। ਤੇ ਅੱਜ ਤੁਹਾਡੇ ਲਈ ਮੈਂ, ਕਈ ਕਸਟਮਰ ਦੀ ਡਿਮਾਂਡ ਸੀਗੀ ਵੀ ਸਾਨੂੰ ਪੂਰੇ ਸੂਟ ਦਿਖਾਓ ਵੀ ਤੁਹਾਡੇ ਕੋਲ ਕੀ ਵਰਾਇਟੀ ਹੁੰਦੀ ਆ, ਉਹਨਾਂ ਦੇ ਮਤਲਬ ਡਿਮਾਂਡ ਤੇ ਅੱਜ ਮੈਂ ਤੁਹਾਨੂੰ ਪੂਰੀ ਵੀਡੀਓ ਬਣਾਉਣ ਲੱਗੀ ਹਾਂ। ਆਪਣੇ ਕੋਲ ਹੁੰਦੇ ਨੇਗੇ ਐਕਸਪੋਰਟ ਕਾਟਨ, ਜਿਹੜੀ ਕਿ ਮੈਚਿੰਗ ਆਲ ਓਵਰ ਦੋਵਾਂ ਤਰੀਕਿਆਂ 'ਚ ਮਿਲਦੀ ਹੈ। ਇਹ ਕਾਟਨ ਪਿਓਰ ਕਾਟਨ ਹੁੰਦੀ ਹੈ, ਬਹੁਤ ਸੋਹਣੀ ਹੁੰਦੀ ਹੈ। ਇਹ ਸੂਟ 300-400 ਰੁਪਏ ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਤੇ ਅੱਗੇ 450 ਰੁਪਏ ਤੱਕ ਇਹ ਵੇਟ 'ਚ ਹੁੰਦਾ ਆਪਣੇ ਕੋਲ। ਇਹਦੇ 'ਚ ਪ੍ਰਿੰਟ ਆਉਂਦੇ ਜਾਂਦੇ ਰਹਿੰਦੇ ਆ, ਆਪਾਂ ਇਹ ਡੇਲੀ ਵਰਾਇਟੀ ਨਵੀਂ ਰੱਖਦੇ ਹਾਂ। ਤੇ ਜਿਹੜਾ ਆਪਣੇ ਕੋਲ ਪ੍ਰਿੰਟ ਹੁੰਦੇ ਨੇ, ਬਸ ਇਹ ਜਿਹੜਾ ਆਪਣੇ ਕੋਲ ਕੱਪੜਾ ਇੱਕ ਨੈਕਸਟ ਵੀਕ ਤੁਹਾਨੂੰ ਨਹੀਂ ਮਿਲੂਗਾ। ਇਹਨਾਂ ਨਾਲ ਮੈਚਿੰਗਾਂ ਵੀ ਕਰ ਦਿੰਦੇ ਹਾਂ, ਆਲ ਓਵਰ ਵੀ ਦੇ ਦਿੰਦੇ ਹਾਂ। ਇਹ ਸਾਡੀਆਂ ਕੁਛ ਮੈਚਿੰਗਾਂ ਜਿਵੇਂ ਬਣਾ ਕੇ ਰੱਖੀਆਂ ਹੋਈਆਂ, ਤੁਹਾਨੂੰ ਮੈਂ ਇਹ ਦਿਖਾਉਣੀ ਆ। ਇਹ ਉਹੀ ਐਕਸਪੋਰਟ ਕਾਟਨ ਹੈਗੀ, ਇਹ ਬਸ ਇਹੀ ਇਹਦਾ 300 ਤੋਂ ਲੈ ਕੇ 450 ਰੁਪਏ ਤੱਕ ਜਿਹੜਾ ਸੂਟ ਹੈ ਪੈਂਦਾ। ਇੱਕ ਆਪਣੇ ਕੋਲ ਇਹ ਹੈਗੇ ਲਾਈਨਾਂ ਵਾਲੇ ਵੀ ਮਿਲ ਜਾਂਦੇ ਨੇ, ਨਾਈਟ ਸੂਟ ਬਣਾਉਣਾ, ਸੂਟ ਬਣਾਉਣਾ, ਰਿਓਨ ਦੇ ਵਿੱਚ ਵੀ ਮਿਲ ਜਾਂਦਾ, ਇਹ ਕਾਟਨ ਦੇ ਵਿੱਚ ਵੀ ਮਿਲ ਜਾਂਦੇ ਨੇ ਲਾਈਨ 'ਚ। ਇਹ ਆ ਗਿਆ ਆਪਣੇ ਕੋਲ ਵਾਇਲ ਕਾਟਨ, ਜਿਹਦੇ ਨੀਚੇ ਲਾਈਨਿੰਗ ਅਟੈਚ ਹੁੰਦੀ ਹੈ। ਇਹ ਸੂਟ ਜਿਹੜਾ 300 ਰੁਪਏ ਦੀ ਰੇਂਜ 'ਚ ਹੈਗਾ। ਇਹ ਵੀ ਸਾਰੀ ਆਪਣੇ ਕੋਲ ਐਕਸਪੋਰਟ ਕਾਟਨ ਹੀ ਆ ਗਈ। ਇਹ ਆ ਗਿਆ ਜੀ BMW, AK-Tex ਦਾ। ਇਹਦਾ ਰੇਟ ਰਹੂਗਾ 450 ਰੁਪਇਆ। ਇਹ ਵੀ ਪ੍ਰਿੰਟ ਮਤਲਬ ਰਿਪੀਟ ਹੁੰਦੇ ਰਹਿੰਦੇ ਨੇ, ਕੁਛ ਬਦਲਦੇ ਰਹਿੰਦੇ ਨੇ, ਆ ਗਏ ਚਲੇ ਗਏ। ਤੇ ਜੇ ਕਿਸੇ ਨੇ ਰੀਸੇਲਰ ਨੇ ਲੈਣਾ, ਉਹਨੂੰ ਰੇਟ ਇਸ ਤੋਂ ਵੀ ਘੱਟ ਲੱਗਦਾ, ਜਿਹੜਾ ਰੇਟ ਹੈ ਤੁਹਾਡਾ ਇਹ ਰਿਟੇਲ ਵਾਲਿਆਂ ਦਾ ਹੈਗਾ। ਇਹ ਆ ਗਈ ਜੀ ਪੈਰਿਸ ਬਿਊਟੀ AK ਦੀ, ਇਹਦਾ ਰੇਟ ਰਹੂਗਾ 300 ਰੁਪਇਆ ਸੂਟ। ਤੇ ਜਿਹੜੇ ਵੀ ਮੈਂ ਤੁਹਾਨੂੰ ਰੇਟ ਦੱਸਦੀ ਹਾਂ, ਇਹ ਰਿਟੇਲ ਦੇ ਰੇਟ ਨੇ ਆਪਣੇ। ਇੱਧਰ ਆ ਗਈ ਜੀ ਆਪਣੀ ਕਾਟਨ, ਪਲੇਨ ਕਾਟਨ, ਪੋਪਲੀਨ, ਕੈਮਰਿਕ ਕਾਟਨ, ਰਿਓਨ। ਤੇ ਇਹ ਜਿਹੜਾ ਰੇਟ ਹੈ, ਜਿਹੜੇ ਵੇਟ ਵਾਲੇ ਨੇ ਉਹ 350 ਦੇ ਆਸ ਪਾਸ ਪੈਂਦੇ ਨੇ। ਤੇ ਪੋਪਲੀਨ ਆ ਗਈ ਜੀ, ਇਹ 500 ਰੁਪਏ ਦਾ ਸੂਟ ਹੈ। ਫਿਰ ਹੋਲਸੇਲ ਦੇ ਵਿੱਚ ਹੋਰ ਘੱਟ ਲੱਗਣਾ ਇਸ ਤੋਂ। ਇਸ ਤਰ੍ਹਾਂ ਦੇ ਲਾਈਨਾਂ ਵਾਲੇ ਆਪਣੇ ਕੋਲ ਬਹੁਤ ਹੁੰਦੇ ਨੇਗੇ, ਇਹ ਤਾਂ ਆਪਣੇ ਕੋਲ ਘੱਟ ਅੱਜ ਘੱਟ ਹੋਏ। ਇਹਨਾਂ ਨਾਲ ਤੁਸੀਂ ਕੋਈ ਸ਼ਰਟਾਂ ਨਾਲ ਵੀ ਮੈਚਿੰਗ ਹੋ ਜਾਂਦੀ ਹੈ। ਇਹ ਵੀ ਲਾਈਨ ਆ ਗਿਆ, ਚੈੱਕ ਆ ਗਿਆ, ਕੁੜਤੇ ਪਜਾਮੇ ਆ ਗਏ ਅੱਗੇ ਆਪਣੇ ਕੋਲ। ਪੀਸ ਤਾਂ ਆਪਣੇ ਕੋਲ ਡੇਲੀ ਮਿਲਦੇ ਹੀ ਮਿਲਦੇ ਨੇ, ਮਤਲਬ ਜਿਵੇਂ ਪਹਿਲਾਂ ਆਪਾਂ ਸੇਲ ਕਰਦੇ ਹਾਂ, ਉਹ ਤੁਸੀਂ ਆਨਲਾਈਨ ਤਾਂ ਖੈਰ ਨਹੀਂ ਮੰਗਵਾ ਸਕਦੇ, ਉਹ ਆ ਕੇ ਖਰੀਦ ਸਕਦੇ ਹੋ। ਇਹ ਆ ਗਿਆ ਜੀ ਪਲੇਨ VTEX ਵਾਲਾ।
ਇਹਦੇ ਕਲਰ ਆ ਗਏ ਸਾਰੇ, ਟੋਟਲ ਕਲਰ ਹੁੰਦੇ ਨੇ ਆਪਣੇ ਕੋਲੇ। ਇਹ ਵੀ ਆਪਣੇ ਕੋਲੇ ਉਹੀ ਪਈ ਹੈ, ਪੈਰਿਸ ਬਿਊਟੀ ਹੈ, ਕੁਛ BMW ਨੇ, 450 ਰੁਪਏ ਦੀ ਰੇਂਜ 'ਚ। ਚਿਕਨ ਆ ਗਈ, ਇੱਧਰ ਚਿਕਨ 'ਤੇ ਮਾਰ ਦਿਓ, ਇਹ ਸਾਰੇ ਚਿਕਨ ਵਾਲੇ ਨੇ। ਇਹ ਚਿਕਨ ਦੇ ਪ੍ਰਿੰਟ ਨੇਗੇ, ਇਹ ਵੀ ਬਦਲਦੇ ਰਹਿੰਦੇ ਨੇ। ਬਾਕੀ ਮੈਚਿੰਗ ਕਰਕੇ ਤੁਹਾਨੂੰ ਅਸੀਂ ਵੀਡੀਓ ਪਾਉਂਦੇ ਰਵਾਂਗੇ, ਕਲਿੱਪ ਪਾਉਂਦੇ ਰਹਿੰਦੇ ਹਾਂਗੇ। ਇਹ ਆਪਣੇ ਕੋਲੇ ਆ ਗਿਆ ਜੀ ਪ੍ਰਿੰਟਸ ਮੈਚਿੰਗ AK ਦੀ, ਇਹਦਾ ਰੇਟ ਰਹੂਗਾ 700 ਰੁਪਇਆ। ਇਹ 700 ਰੁਪਏ ਦੀ ਰੇਂਜ 'ਚ ਹੈ, ਤੇ ਇਹਦੇ ਵਿੱਚ ਇੱਕ ਆਪਣੇ ਕੋਲੇ ਆਲ ਓਵਰ ਵੀ ਹੈਗਾ ਗਾ, ਇਹਦਾ ਰੇਟ ਰਹੂਗਾ 650 ਰੁਪਇਆ ਆਲ ਓਵਰ ਦਾ। ਇਹਦੇ 'ਚ ਪ੍ਰਿੰਟ ਹੋਰ ਮਿਲ ਜਾਂਦੇ ਨੇ ਕਾਫੀ ਸਾਰੇ ਨੇਗੇ। ਇਹਨਾਂ ਦਾ ਫਿਰ ਮੈਂ ਕਲਿੱਪ ਬਣਾ ਕੇ ਬਾਅਦ ਦੇ ਵਿੱਚ ਪਾਉਂਗੀ। ਇਹ ਆ ਗਈ ਜੀ ਮਸਲੀਨ, ਇਹਦਾ ਰੇਟ ਰਹੂਗਾ 350 ਰੁਪਇਆ, 3.5 ਮੀਟਰ ਵੱਡਾਪਨ ਹੈ ਇਹ। ਵਾਈਟ ਦੁਪੱਟੇ ਆ ਗਏ, ਵਾਈਟ ਦੁਪੱਟੇ ਆਪਣੇ, ਇਹ ਰਾਮਟੈਕਸ ਦਾ ਆ ਗਿਆ ਆਪਣੇ ਕੋਲੇ ਮੈਚਿੰਗ। ਇਹ ਵੀ ਸਾਰੀ ਚਿਕਨ ਆ ਗਈ, ਇਹ ਸਾਰੀ ਅੱਗੇ ਕੋਟਨ ਆ ਗਈ, ਵੱਡੇ ਪੰਨੇ ਵਾਲੀ ਕੋਟਨ, ਜਿਹੜੀ ਸਪੋਰਟ ਦੀ ਕੋਟਨ, ਇਹ ਵਧੀਆ ਕੋਟਨ ਹੁੰਦੀ ਹੈ ਇਹ। ਇਹਦਾ ਰੇਟ ਰਹੂਗਾ 470 ਰੁਪਏ, ਤੇ ਜੇ ਕਿਸੇ ਨੇ ਅੱਗੇ ਸੇਲ ਕਰਨਾ ਰੀਸੇਲਰ ਰਹੀ, ਇਹ ਰੇਟ ਹੋਰ ਵੀ ਘੱਟ ਲੱਗ ਜਾਣਾ। ਉੱਪਰ ਮਸਲੀਨ ਆ ਗਈ, ਇਹ ਮਸਲੀਨ ਕੋਟਨ ਦੇ ਆ ਗਏ ਆਪਣੇ ਕੋਲ 350 ਰੁਪਏ ਦੀ ਰੇਂਜ 'ਚ। ਇਹਦੀਆਂ ਲੇਲਨ ਦੀਆਂ ਮੈਚਿੰਗ ਆ ਗਈਆਂ, ਇਹ ਵੀ ਅੱਛੇ ਹੁੰਦੇ ਨੇ ਪ੍ਰਿੰਟ। ਇਹਦਾ ਰੇਟ ਹੈ 550 ਰੁਪਇਆ ਮੈਚਿੰਗ। ਤੇ ਇਹ ਆਪਣੇ ਕੋਲ ਦੁਪੱਟਿਆਂ ਵਾਲੇ ਸੂਟ, ਜਿਵੇਂ ਬੋਟਮ ਵਰਕ, ਇਹ ਜੋਰਜਟ 250, ਇਹ ਮਤਲਬ ਬਹੁਤ ਸਾਰੇ ਮਿਲ ਜਾਂਦੇ ਨੇ ਦੁਪੱਟਾ ਸੂਟ। ਉਹ ਆਪਣੇ ਕੋਲ ਆ ਗਏ ਜੀ ਪੇਂਟ ਵਾਲੇ, ਜਿਹੜੀ ਡਿਜੀਟਲ ਪੇਂਟ ਹੈ ਵਿਦ ਦੁਪੱਟਾ, ਇਹ ਵੀ BMW ਆ ਗਿਆ। ਫਿਓਨਾ ਆ ਗਈ, ਤੇ ਸਿਲਕ ਦਾ ਥੋੜਾ ਆਪਾਂ ਗਰਮੀਆਂ 'ਚ ਆ ਕੇ ਘੱਟ ਕਰ ਦਿੰਦੇ ਹਾਂ, ਹੁੰਦਾ ਹੈਗਾ ਸਿਲਕੀ ਨੈੱਟ, ਨੈੱਟ 'ਤੇ ਝਾਤ ਮਰਵਾ ਦਿਓ, ਨੈੱਟ ਹੈਗੀ। ਇਹ ਦੁਪੱਟਾ ਸੂਟ ਆ ਗਏ, ਪੀਸ ਆਪਣੇ ਪਿੱਛੇ ਨੇਗੇ। ਤੇ ਇਹ ਆਪਣੇ ਕੋਲ ਇੰਨਾ ਕੱਪੜਾ ਹਰ ਟਾਈਮ ਅਵੇਲੇਬਲ ਹੁੰਦਾ, ਜਦੋਂ ਮਰਜ਼ੀ ਆਓ। ਪਲੇਨ ਕੋਟਨ ਵੀ ਮਿਲੂਗੀ, ਇਹੀ ਪ੍ਰਿੰਟ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਆਪਾਂ ਡੇਲੀ ਕੱਪੜਾ ਕੱਢਦੇ ਹਾਂ। ਇਹ ਨਹੀਂ ਹੈਗਾ ਵੀ ਕਦੀ ਇਹੋ ਜਿਹਾ ਦਿਨ ਹੋਵੇ ਜਿਸ ਦਿਨ ਕੱਪੜਾ ਨਾ ਰੱਖੀਏ, ਜਿੰਨਾ ਕੁ ਸਾਡੇ ਕੋਲ ਜਗ੍ਹਾ ਬਣਦੀ ਹੈ ਗਡਾਊਨ ਦੇ ਵਿੱਚ, ਉਨਾ ਕੱਢ ਕੇ ਅਸੀਂ ਲਾ ਦਿੰਦੇ ਹਾਂ ਕੱਪੜਾ ਆਪਣੇ ਕੋਲ ਸਟਾਰਟਿੰਗ 'ਚ ਹੀ ਆ ਜਾਂਦਾ ਗਰਮੀ ਵਾਲਾ। ਤੇ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ, ਬਾਕੀ ਤੁਸੀਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ,
ਤੁਹਾਡਾ ਪਿਆਰ ਅਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।